1964 ਇਸ ਵਰੇ ਭਾਰਤ ਪਾਕਿਸਤਾਨ ਦੇ ਆਪਸੀ ਸੰਘੇ ਮਾੜੇ ਪੈਂਦੇ ਜਾ ਰਹੇ ਸਨ ਸਰਹੱਦਾ ਉੱਤੇ ਫੌਜਾਂ ਉਧਰ ਕਸ਼ਮੀਰ ਦੇ ਹਾਲਾਤ ਵੀ ਚੋਖੇ ਮਾੜੇ ਤੇ ਜੰਗ ਵਾਲੇ ਸਨ ਇਸ ਦੇ ਬਾਵਜੂਦ ਇਸ ਵਰੇ 66 ਫਿਲਮਾਂ ਬਣੀਆਂ ਜਿਨ੍ਹਾਂ ਵਿੱਚੋਂ 54 ਉਰਦੂ ਤੇ 12 ਪੰਜਾਬੀ ਫਿਲਮਾਂ ਸਨ ਉਰਦੂ ਦੀਆਂ 54 ਵਿੱਚੋਂ ਕੁੱਲ 9 ਫਿਲਮਾਂ ਪਾਸ ਹੋਈਆਂ ਤੇ 45 ਫੇਲ ਹੋ ਗਈਆਂ ਦੂਜੇ ਪਾਸੇ ਪੰਜਾਬੀ ਦੀਆਂ ਕੁੱਲ 12 ਫਿਲਮਾਂ ਬਣੀਆਂ ਜਿਨ੍ਹਾਂ ਵਿੱਚੋਂ 5 پاس ਤੇ 7 ਫੇਲ ਹੋਈਆਂ ਇਹਨਾਂ ਵਿੱਚ ਪੰਜਾਬੀ ਦੀ ਪਹਿਲੀ ਆਰਟ ਫਿਲਮ ਵਾਰਿਸ ਸ਼ਾ ਵੀ ਸੀ ਐਸੇ ਬਰੇ ਦੀ ਕਮਾਈ ਕਰਨ ਵਾਲੀ ਫਿਲਮ ਹੱਥ ਜੋੜੀ ਪੰਜਾਬੀ ਫਿਲਮ ਹੀ ਸੀ ਉਰਦੂ ਦੀਆਂ پاس ਹੋਣ ਵਾਲੀਆਂ ਫਿਲਮਾਂ ਵਿੱਚੋਂ ਆਸ਼ਿਆਨਾ ਤੌਬਾ دیਵਾਨਾ ਸੰਗਮ ਫਰੰਗੀ ਲੰਡਾ ਬਾਜ਼ਾਰ ਨਾਇਲਾ ਵੋਹ ਕੌਣ ਥੀ ਹੀਰਾ ਪੱਥਰ ਤੇ ਕਮਾਈ ਪੱਖੋਂ ਜਮੀਲਾ ਦਾ ਨਾਮ ਆਉਂਦਾ ਹੈ ਪਰ ਫਿਲਮੀ 파ਰਖਾਂ ਇਹਨਾਂ ਵਿੱਚੋਂ ਤਿੰਨ ਫਿਲਮਾਂ ਨੂੰ ਚੁਣਿਆ ਜਿਨ੍ਹਾਂ ਨੂੰ ਚੰਗਾ ਕਿਹਾ ਗਿਆ ਇਹਨਾਂ ਵਿੱਚ ਖਾਮੋਸ਼ ਰਹੋ ਫਰੰਗੀ ਤੇ ਹੀਰਾ ਪੱਥਰ ਦੇ ਨਾਮ ਆਉਂਦੇ ਹਨ ਇਹਨਾਂ ਵਿੱਚੋਂ ਖਾਮੋਸ਼ ਰਹੋ ਦੀ ਕਹਾਣੀ ਰਿਆਜ਼ ਸ਼ਾਹਿਦ ਪੂਰਾ ਲਿਖੀ ਇਸ ਵਿੱਚ ਵੱਡੀ ਵੱਜੋਂ ਕੁੜੀਆਂ ਨੂੰ ਪੇਸ਼ ਕਰਨਾ ਤੇ ਉਹਨਾਂ ਨੂੰ ਜਿੰਸੀ ਤੌਰ ਉੱਤੇ ਵਰਤਣਾ ਇਸ ਫਿਲਮ ਦਾ ਮوضوع ਸੀ ਫਿਲਮ ਦੀ ਮੌਸਿਕੀ ਵੀ ਹਿੱਟ ਗਈ ਇਸ ਨੂੰ ਇਸ ਵਰੇ ਦੀ ਬਿਹਤਰੀਨ ਫਿਲਮ ਮੰਨਿਆ ਗਿਆ ਫਿਲਮ ਨੂੰ ਵੱਖ-ਵੱਖ ਖੇਤਰਾਂ ਵਿੱਚ ਕੁੱਲ 4 ਐਵਾਰ ਦਿੱਤੇ ਗਏ ਫਰੰਗੀ ਨਾਂ ਦੀ ਇਹ ਫਿਲਮ ਗੋਰੀਆਂ ਖਿਲਾਫ ਲੜਨ ਵਾਲੇ ਮੁਜਾਹਿਦਾਂ ਉੱਤੇ ਬਣਾਈ ਗਈ ਇਸ ਤੋਂ ਪਹਿਲਾਂ ਉਰਦੂ ਵਿੱਚ ਸ਼ਹੀਦ ਨਾਂ ਦੀ ਫਿਲਮ ਬਣੀ ਜਿਹੜੀ ਕਾਮਯਾਬ ਗਈ ਫਰੰਗੀ ਵਿੱਚ ਅੰਗਰੇਜ਼ਾਂ ਦਾ ਸਰਹੱਦੀ ਇਲਾਕੇ ਵਿੱਚ ਆਪਣੇ ਪੈਰ ਪਸਾਰਨਾ ਤੇ ਮੁਜਾਹਿਦਾਂ ਦਾ ਉਹਨਾਂ ਪੈਰਾਂ ਨੂੰ ਡਕੜਾ ਸੀ ਆਇ ਗਾ اکبر ਖਾਨਾ ਕੈਦੂ ਕੀ ਦਿਲਬਰ ਜਾਣਾ ਬਖੈਰ ਰਾਖ ਲੈ ਨੰਬਰ 2 ਗੁਲੋਂ ਮੇ ਰੰਗ ਭਰੇ ਬਾਦੇ ਨੌ ਬਹਾਰ ਚਲੇ ਨੰਬਰ 3 ਆਪ ਹੀ ਜਾ ਦਿਲਦਾਰਾ ਆਪ ਹੀ ਜਾ ਦਿਲਦਾਰਾ ਤੇ ਇੰਜ ਇਸ ਫਿਲਮ ਵਿੱਚ ਫੈਜ਼ ਅਮਨ ਫੈਜ਼ ਹੁਰਾਂ ਦੀ ਏ ਨਜ਼ਮ ਨੰਬਰ 4 ਹਮ ਜੋ ਤਾਰੀਖ ਰਾਹੋਂ ਮੇ ਮਾਰੇ ਗਏ ਰਸ਼ੀਦ ਅਤਰੀ ਹੁਰਾਂ ਦੀ ਮوسیਕੀ ਵਿੱਚ ਇਨਾ ਗਾਣਿਆਂ ਜੋ ਵਡਿਆਈ ਪਾਈ ਉਹ ਇੱਕ ਯਾਦਗਾਰ ਹੈ ਇਸ ਉਰਦੂ ਫਿਲਮ ਨੂੰ ਚਾਰ ਵਕੂਬ ਖੇਤਰਾ ਵਿੱਚ ਐਵਾਰਡ ਦਿੱਤੇ ਗਏ ਹੀਰਾ ਪੱਥਰ ਨਾਂ ਦੀ ਇਸ ਫਿਲਮ ਨੂੰ پرویز ਮਲਕ ਹੋਰਾ ਆਪਣੀ ਹਿਦਾਇਤਕਾਰੀ ਦਿੱਤੀ ਇਹਨੂੰ ਇਕਬਾਲ ਰਿਸ਼ਵੀ ਹੋਰਾ ਲਿਖਿਆ ਤੇ ਸੰਗੀਤ ਸੁਹੇਲ ਰਾਣਾ ਦਾ ਸੀ ਕਰਾਚੀ ਵਿੱਚ ਬਣਨ ਵਾਲੀ ਇਹ ਪਹਿਲੀ ਫਿਲਮ ਸੀ ਜਿਨ ਨੇ 골ਡਨ ਜੁਬਲੀ ਕੀਤੀ ਕਰਾਚੀ ਵਾਲਿਆਂ ਦੀ ਹਮੇਸ਼ ਸੱਦਰ ਹੀ ਰਹੀ ਪਰ ਫਿਲਮ ਇੰਡਸਟਰੀ ਕਿਸੇ ਨਾ ਕਿਸੇ ਤਰ੍ਹਾਂ ਲਾਹੌਰ ਤੋਂ ਕਰਾਚੀ ਆ ਜਾਵੇ ਇਸ ਵਾਸਤੇ ਉਹਨਾਂ ਬਣਦਾ ਸਰਦਾ ਕੀ ਆਪਣੀ ਵਿੱਤ ਤੋਂ ਬਾਹਰ ਹੋ ਕੇ ਵੀ ਟਿਲ ਮਾਰਿਆ ਪਰ ਅੱਜ ਤੱਕ ਗੱਲ ਨਹੀਂ ਸੀ ਬਣੀ ਇਸ ਦਾ ਕਾਰਨ ਖੌਰੇ ਏ ਰੀਸੀਪੀ ਲਾਹੌਰ ਸਦੀਆਂ ਤੋਂ ਇੱਕ ਰਤਲੀ ਸ਼ਹਿਰ ਰਿਹਾ ਹੈ ਇਸ ਸ਼ਹਿਰ ਦੇ ਬਣੇ ਸਦੀਆਂ ਤੋਂ ਮਰਤਬੇ ਨੂੰ ਨਹੀਂ ਸੀ ਖੋਇਆ ਜਾ ਸਕਦਾ ਪਰ ਯਤਨ ਹੁੰਦੇ ਰਹੇ ਹੀਰਾ ਪੱਥਰ ਕਰਾਚੀ ਦੇ ਵਸੀਬ ਨੂੰ ਮੁਕ ਰੱਖ ਕੇ ਬਣਾਈ ਗਈ ਇਸ ਫਿਲਮ ਨੂੰ ਪੂਰੇ ਪਾਕਿਸਤਾਨ ਵਿੱਚ ਪਸੰਦ ਕੀਤਾ ਗਿਆ ਇਸ ਨੇ ਗੋਲਡਨ ਜੁਬਲੀ ਕਰਾਚੀ ਵਿੱਚ ਕੀਤੀ ਇਸ ਫਿਲਮ ਦਾ ਕੋਈ ਅਜਾਇਆ ਗੀਤ ਨਹੀਂ ਸੀ ਜਿਨੇ ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ ਹੋਵੇ ਜਾਂ ਚੇਤਾ ਰੱਖਿਆ ਜਾ ਸਕੇ ਇਹ ਫਿਲਮ ਅਦਾਕਾਰ ਵਹੀਦ ਮੁਰਾਦ ਦੇ ادارے ਫਿਲਮ ਆਰਟਸ ਨੇ ਬਣਾਈ ਇਸ ਤੋਂ ਪਹਿਲਾਂ ਹੀ ਇਸ ادارے ਇਨਸਾਨ ਬਦਲਤਾ ਹੈ ਬਣਾਈ ਇਸ ਦੂਜੀ ਫਿਲਮ ਵਾਸਤੇ ਵਹੀਦ ਹੁਰਾਂ ਇੱਕ ਜੱਥਾ ਬਣਾਇਆ ਜਿਸ ਵਿੱਚ ਸੰਗੀਤਕਾਰ ਸੁਹੇਲ ਰਾਣਾ ਗੀਤਕਾਰ ਮਸਰੂਰ ਅਨਵਰ ਤੇ ਹਿਦਾਇਤਕਾਰੀ ਵਾਸਤੇ پرویز ਮਲਕ ਨੂੰ ਲਿਆ پرویز ਮਲਕ ਹੋਰੀ ਐਸੇ ਹੀ ਵਰੇ ਡਾਇਰੈਕਸ਼ਨ ਤੇ ਸਕ੍ਰੀਨ ਪਲੇ ਰਾਈਟਿੰਗ ਦੀ ਸਿਖਲਾਈ ਲੈ ਕੇ ਅਮਰੀਕਾ ਤੋਂ ਆਏ ਸਨ ਪਾਕਿਸਤਾਨ ਦੀ ਪਹਿਲੀ ਪੂਰੀ ਰੰਗीन ਫਿਲਮ ਦੋ ਦਿਲ دیਵਾਨੇ ਸੀ ਜੋ ناکਾਮ ਗਈ ਇਸ ਵਰੇ ਪੰਜਾਬੀ ਦੀਆਂ 12 ਫਿਲਮਾਂ ਵਿੱਚੋਂ 5 ਕਾਮਯਾਬ ਫਿਲਮਾਂ ਇਹ ਸਨ ਹੱਥ ਜੋੜੀ ਪਰਝਾਈ ਪਾਣੀ ਡਾਚੀ ਤੇ ਲਾਈ ਲਗ ਹੱਥ ਜੋੜੀ ਦੇ ਹਿਦਾਇਤਕਾਰ ਅਸलम ইরਾਨੀ ਸੰਗੀਤ ਬਾਬਾ ਜੀਏ ਚਿਸ਼ਤੀ ਤੇ ਅਦਾਕਾਰਾਂ ਵਿੱਚ ਨਗਮਾ ਅਕਮਲ ਮਦਰ ਸ਼ਾ ਚੁੰਚੁੰਨ ਤੇ ਐਮਿर्सन ਇਹ ਫਿਲਮ ਪੰਜਾਬ ਵਿੱਚ ਯਾਰੀ ਦੇ ਮوضوع ਉੱਤੇ ਬਣੀ ਇਸ ਨੂੰ ਲੋਕਾਂ ਬੇਅੰਤ ਪਸੰਦ ਕੀਤਾ ਇਤੋਂ ਤੀਕ ਭਈ ਇਹ ਫਿਲਮ ਪੂਰੇ ਪਾਕਿਸਤਾਨ ਵਿੱਚ ਸਭ ਤੋਂ ਚੋਖੀ ਕਮਾਈ ਕਰਨ ਵਾਲੀ ਫਿਲਮ ਸਦਵਾਈ ਇਹ ਫਿਲਮ ਕਰਾਚੀ ਵਿੱਚ ਵੀ ਚੰਗਾ ਵਪਾਰ ਕੀਤਾ ਪਰਝਾਈ ਇੱਕ ਘਰੇਲੂ ਫਿਲਮ ਸੀ ਜਿਹਦੇ ਵਿੱਚ ਪਰਝਾਈ ਦਾ ਪਾਤਰ ਪਹਾਰ ਨੇ ਨਿਭਾਇਆ ਅਕਮਲ ਨਸਰੀਨ ਅਸੱਤੇ ਅਜਮਲ ਦੂਜੇ ਪਾਤਰ ਸਨ ਇਸ ਤੋਂ ਮਗਰੋਂ ਪਾਣੀ ਨਾਂ ਦੀ ਫਿਲਮ ਆਈ ਜਿਹਨੂੰ ਲੋਕਾਂ ਬੇਅੰਤ ਪਸੰਦ ਕੀਤਾ ਤੇ ਇਹ ਇੱਕ ਕਾਮਯਾਬ ਫਿਲਮ ਅਖਵਾਈ ਇਸ ਵਰੇ ਆਉਣ ਵਾਲੀ ਇੱਕ ਹੋਰ ਕਾਮਯਾਬ ਪੰਜਾਬੀ ਫਿਲਮ ਲਾਈਲਕ ਸੀ ਇਸ ਨੂੰ ਵੀ ਲੋਕਾਂ ਬੇਅੰਤ ਪਸੰਦ ਕੀਤਾ ਇਸ ਦੇ ਹਿਦਾਇਤਕਾਰ ਅਸ਼ਵਕ ਮਲਕ ਸੰਗੀਤਕਾਰ ਇਨਾਇਤ हुसैन ਤੇ ਕਲਾਕਾਰ ਅਲਾਉਦੀਨ ਫਿਰਦੌਸ ਇਜਾਜ਼ ਤੇ ਨਾਸਰ ਸੰਗ ਇਹ ਇੱਕ ਹਲਕੀ ਫੁਲਕੀ ਫਿਲਮ ਸੀ ਜਿਹਦੇ ਵਿੱਚ ਮਖੌਲ ਤੇ ਹਾਸਾ ਵੀ ਸੀ ਦਾਚੀ ਇਸ ਵਰੇਦੀ ਸਭ ਤੋਂ ਮਸ਼ਹੂਰ ਫਿਲਮ ਸੀ ਜਿਹਨੂੰ ਜੀਏ ਗੁਲ ਹੁਰਾਂ ਵਾਸਤੇ ਅਸलम ইরਾਨੀ ਨੇ ਬਣਾਇਆ ਇਸ ਫਿਲਮ ਦੀ ਮousiqi ਬਾਬਾ ਜੀਏ ਚਿਸ਼ਤੀ ਹੁਰਾਂ ਦੀ ਸੀ ਨੀਲੋ ਸੁਧੀਰ ਤਾਲਿਸ਼ ਰਜ਼ੀਆ ਤੇ ਮਜ਼ਰ ਸ਼ਾ ਇਸ ਫਿਲਮ ਦੇ ਮੁੱਖ ਪਾਤਰ ਸਨ ਇਸ ਫਿਲਮ ਦਾ ਮਸ਼ਹੂਰ ਗੀਤ ਤੇਰੇ ਗੱਟ ਤੇ ਮੇਰਾ ਮੁਕਲਾਵਾ ਵੇ ਮੁੰਡਿਆ ਤਵੀਤਾਂ ਵਾਲਿਆ ਇਸ ਬਾਰੇ ਦੀ ਸਭ ਤੋਂ ਅਹਿਮ ਤੇ ਵੱਡੀ ਫਿਲਮ ਵਾਰਿਸ ਸ਼ਾ ਸੀ ਇਹ ਫਿਲਮ ਪੰਜਾਬੀ ਜ਼ੁਬਾਨ ਦੇ ਮਹਾਨ ਸ਼ਾਇਰ ਤੇ ਪੰਜਾਬੀ ਦੀ ਸਭ ਤੋਂ ਮਹਿਬੂਬ ਕਹਾਣੀ ਹੀਰ ਰਾਂਝਾ ਦੇ ਰਚਨਹਾਰ ਵਾਰਿਸ ਸ਼ਾ ਹੋਰਾਂ ਦੇ ਜੀਵਨ ਉੱਤੇ ਬਣਨ ਵਾਲੀ ਪਹਿਲੀ ਫਿਲਮ ਸੀ ਇਸ ਤੋਂ ਪਹਿਲੇ ਕਈ ਵਾਰ ਹੀਰ ਰਾਂਝਾ ਦੀ ਕਹਾਣੀ ਨੂੰ ਲੈ ਕੇ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਕਾਮਯਾਬ ਫਿਲਮਾਂ ਬਣ ਚੁੱਕੀਆਂ ਸਨ ਪਰ ਵਾਰਿਸ਼ ਸ਼ਾਹ ਉੱਤੇ ਬਣਨ ਵਾਲੀ ਇਹ ਪਹਿਲੀ ਫਿਲਮ ਸੀ ਇਸ ਫਿਲਮ ਨੂੰ ਇਨਾਇਤ ਹੁਸੈਨ ਪੱਟੀ ਹੁਰਾਂ ਦੇ ادارے ਵਾਸਤੇ ਸੈਦ ਸ਼ੀਰਾਨੀ ਹੁਰਾਂ ਬਣਾਇਆ ਇਸ ਦੇ ਸੰਗੀਤਕਾਰ ਬਾਬਾ ਜੀਏ ਚਿਸ਼ਤੀ ਸਨ ਬਹਾਰ ਅਕਮਲ ਇਨਾਇਤ ਸੈਂ ਪੱਟੀ ਤੇ ਮਜ਼ਰ ਸ਼ਾਹ ਹੁਰਾਂ ਵੱਖੋ ਵੱਖ ਪਾਤਰ ਨਿਭਾਏ ਇਸ ਫਿਲਮ ਵਿੱਚ ਵਾਰਿਸ਼ ਸ਼ਾਹ ਨੂੰ ਹੀਰੋ ਜਦ ਕੇ ਮੁੱਲਾ ਨੂੰ ਵਿਲਨ ਵਖਾਇਆ ਗਿਆ ਸੀ ਇਹ ਪਹਿਲੀ ਵਾਰੀ ਸੀ ਭਈ ਕਿਸੇ ਫਿਲਮ ਵਿੱਚ ਮੁੱਲਾ ਨੂੰ ਵਿਲਨ ਵਖਾਇਆ ਗਿਆ ਹੋਵੇ ਪੰਜਾਬੀ ਅਦਬ ਵਿੱਚ ਤਾਂ ਮੁੱਲਾ ਵਿਲਨ ਦੇ ਰੂਪ ਵਿੱਚ ਆਮ ਮਿਲਦਾ ਹੈ ਉੱਚੇਚੇ ਤੌਰ ਪੰਜਾਬੀ ਦੀ ਕਲਾਸਿਕਲ ਸ਼ਾਇਰੀ ਵਿੱਚ ਪਰ ਕਿਸੇ ਫਿਲਮ ਵਿੱਚ ਮੁੱਲਾ ਦਾ ਵਿਲਨ ਵਖਾਣਾ ਤੇ ਫਿਰ ਪਾਕਿਸਤਾਨ ਵਿੱਚ ਇਹ ਇੱਕ ਅਚਰਜ ਗੱਲ ਸੀ ਇਹ ਫਿਲਮ ਦਾ ਕੰਮ ਹੋ ਗਈ ਇਸ ਦੀ ناکامی ਦਾ ਅਸਲ ਕਾਰਨ ਇਸ ਦਾ ਆਰਟ ਫਿਲਮ ਹੋਣਾ ਸੀ ਕਿਉਂਕਿ ਪਾਕਿਸਤਾਨ ਵਿੱਚ ਅਜੇ ਤੱਕ ਆਰਟ ਫਿਲਮ ਦਾ ਰਿਵਾਜ ਨਹੀਂ ਸੀ ਪਿਆ ਫਿਰ ਪੰਜਾਬੀ ਵਿੱਚ ਤਾਂ ਇਸ ਦਾ ਸੋਚਿਆ ਵੀ ਨਹੀਂ ਸੀ ਜਾ ਸਕਦਾ ਹਾਂ ਇਸ ਫਿਲਮ ਨਾਲ ਇਹ ਜ਼ਰੂਰ ਹੋਇਆ ਭਈ ਇਸ ਨੂੰ ਇਸ ਦੌਰ ਦੀ ਇੱਕ ਵੱਡੀ ਆਰਟ ਮੂਵੀ ਮੰਨਿਆ ਗਿਆ ਉਰਦੂ ਵਿੱਚ ਬਣਨ ਵਾਲੀਆਂ ਇਕਾਦੁੱਕਾ ਆਰਟ ਫਿਲਮਾਂ ਨੂੰ ਸਰਕਾਰ ਨੇ ਟੈਕਸ ਮੁਆਫ ਕੀਤਾ ਤਾਂ ਜੋ ਆਰਟ ਫਿਲਮਾਂ ਨੂੰ ਰਿਵਾਜ ਦਿੱਤਾ ਜਾ ਸਕੇ ਪਰ ਵਾਰਿਸ਼ਾ ਨੂੰ ਇਹ ਰਾਇਤ ਅੱਜ ਤੱਕ ਨਹੀਂ ਦਿੱਤੀ ਗਈ। ਇਨਾਇਤ ਸਨ ਪੱਟੀ ਖੋਰੀ ਇਸ ਦਾ ਰੌਲਾ ਪਾਉਂਦੇ ਕਬਰੀ ਜਾ ਪਏ ਪਰ ਕਿਸੇ ਨੇ ਇਸ ਗੱਲ ਉੱਤੇ ਧਿਆਨ ਨਹੀਂ ਦਿੱਤਾ। ਇਸ ਦਾ ਕਾਰਨ ਇੱਕੋ ਸੀ ਭਈ ਵਾਰਿਸ਼ਾ ਪੰਜਾਬੀ ਜ਼ੁਬਾਨ ਦੀ ਫਿਲਮ ਸੀ। ਜੇ ਇਹ ਉਰਦੂ ਦੀ ਹੁੰਦੀ ਤੇ ਖੋਰੇ ਇਸ ਨੂੰ ਟੈਕਸ ਤੋਂ ਉੱਤੇ ਮਿੱਥ ਦਿੱਤਾ ਜਾਂਦਾ। ਇਸ ਬਾਰੇ ਹਿਦਾਇਤਕਾਰ ਐਨ.ਈ. ਅਖਤਰ ਲਾਹੌਰ ਵਿੱਚ ਤੇ ਅਦਾਕਾਰ ਅਬਦੁਲ ਰਹਿਮਾਨ ਕਾਹਲੀ 28 ਮਈ ਨੂੰ ਕਰਾਚੀ ਵਿੱਚ ਰੱਬ ਨੂੰ ਪਿਆਰੇ ਹੋ ਗਏ